ਤੁਹਾਡੇ ਤੇ ਸਾਡੇ ਜਾਣੇ ਮਾਣੇ ਹੋਮਿਓਪੈਥਿਕ ਡਾਕਟਰ ਡਾਕਟਰ ਇਫਤਿਕਾਰ ਚੌਧਰੀ ਆਓ ਜੀ ਇਹਨਾਂ ਦਾ ਸਵਾਗਤ ਕਰਦੇ ਹਾਂ ਸਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਆਲ ਦਾ ਵੀਵਰਸ ਸੀ ਵੀ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਬਿਲਕੁਲ ਵਧੀਆ ਸਰ ਵਧੀਆ ਚੱਲ ਰਿਹਾ ਹੈ ਦੈਟਸ ਮਗਰ ਗੁੱਡ ਇੱਕ ਜਿੱਦਾਂ ਤੁਸੀਂ ਅੱਜ ਸਾਡੇ ਲਈ ਇੱਕ ਡਾਇਬੀਟਿਕ ਸੁਪਰ ਡਾਇਬੀਟਿਕ ਫਾਰਮੂਲਾ ਲੈ ਕੇ ਜੀ ਆਏ ਹੋ ਹਾਂ ਜੀ ਡਾਇਬੀਟੀਜ਼ ਅਸੀਂ ਉਦਾਂ ਤਾਂ ਮੰਨਦੇ ਹਾਂ ਕਿ ਜੀ ਸ਼ੂਗਰ ਨਾਲ ਹੁੰਦੀ ਹੈ ਮਗਰ ਕਈ ਵਾਰੀ ਅਸੀਂ ਸੁਣਿਆ ਕਿ ਸਟ्रेस ਦੀ ਵਜ੍ਹਾ ਨਾਲ ਵੀ ਡਾਇਬੀਟੀਜ਼ ਦੀ ਪ੍ਰੋਬਲਮ ਹੋ ਜੀ ਜਾਂਦੀ ਹੈ ਬਿਲਕੁਲ ਸਟ्रेस ਨਾਲ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਲਕਿ ਸਾਰੀਆਂ ਚੀਜ਼ਾਂ ਸਟ्रेस ਨਾਲ ਹੁੰਦੀਆਂ ਨੇ ਦੇਖਿਆ ਜਾਏ ਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਨਾਰਮਲ ਲਾਈਕ ਇੱਥੇ ਦੇ ਲਾਈਫ ਸਟਾਈਲ ਜਿਹੜਾ ਹਰ ਇੱਕ ਨੂੰ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਜੀ ਔਰ ਉਹਦੀ ਵੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਹੈ ਸਟ्रेस ਹੈ ਉਹਦੇ ਨਾਲ ਤੁਹਾਨੂੰ ਨੀਂਦ ਨਹੀਂ ਆਉਂਦੀ ਸੋਚਦੇ ਜ਼ਿਆਦਾ ਇਨਸਾਮਨੀਆ ਦਾ ਪ੍ਰੋਬਲਮ ਹੋ ਗਿਆ ਅਗਰ ਤੁਹਾਨੂੰ ਸਟ्रेस ਹੈ ਤੁਹਾਡਾ ਇਮਿਊਨ ਸਿਸਟਮ ਜਿਹੜਾ ਵੀਕ ਹੋ ਜਾਏਗਾ ਤੁਹਾਨੂੰ ਹਰ ਬਿਮਾਰੀ ਈਜ਼ੀਲੀ ਲੱਗ ਜਾਏਗੀ ਕੋਈ ਇਨਫੈਕਸ਼ਨ ਲੱਗ ਜਾਏਗਾ ਅਗਰ ਤੁਹਾਡਾ ਇਮਿਊਨ ਸਿਸਟਮ ਠੀਕ ਨਹੀਂ ਤੇ ਸਟ्रेस ਜਿਹੜੀ ਹੈ ਉਹ ਬਹੁਤ ਹੀ ਜ਼ਰੂਰੀ ਹੈ ਕਿ ਉਹਦੇ ਤੋਂ ਬਚਿਆ ਜਾਏ ਔਰ ਪ੍ਰੋਬਲਮ ਹੁੰਦੀ ਹੈ ਲਾਈਫ 'ਚ ਠੀਕ ਹੈ ਲੇਕਿਨ ਹਰ ਕੋਈ ਬੰਦਾ ਉਹਨੂੰ ਡਿਫਰੈਂਟ ਤਰੀਕੇ ਨਾਲ ਲੈਂਦਾ ਜਿਹੜੇ ਲੋਕ ਜ਼ਿਆਦਾ ਸੈਂਸਿਟਿਵ ਹੁੰਦੇ ਆ ਉਹਨਾਂ ਨੂੰ ਚਾਹੀਦਾ ਕਿ ਥੋੜਾ ਈਜ਼ੀ ਜਾਣ ਮਤਲਬ ਅਗਰ ਕੁਝ ਹੋ ਜਾਏ ਤਾਂ ਕਹਿੰਦੇ ਨੇ ਡੋਂਟ ਵਰੀ ਬੀ ਹੈਪੀ ਜੀ ਮਤਲਬ ਇਸ ਤਰ੍ਹਾਂ ਦਾ ਰਵੱਈਆ ਅਪਣਾਉਣਾ ਚਾਹੀਦਾ ਤਾਂ ਕਿ ਤੁਹਾਡੀ ਬਾਡੀ ਤੇ ਜ਼ਿਆਦਾ ਅਸਰ ਨਾ ਪਵੇ ਹੁਣ ਕਈ ਲੋਕ ਨੇ ਜਿਹੜੇ ਕਿ ਉਹਨਾਂ ਨੂੰ ਜ਼ਿਆਦਾ ਉਹ ਸਟ्रेस ਨਹੀਂ ਲੈਂਦੇ ਮਤਲਬ ਜੋ ਵੀ ਹੋ ਜਾਏ ਕੋਈ ਪ੍ਰੋਬਲਮ ਹੋ ਜਾਏ ਦੇ ਡੋਂਟ ਟੇਕ ਇਟ ਸੀਰੀਅਸਲੀ ਨੈਚੁਰਲੀ ਉਹਨਾਂ ਦੀ ਬਾਡੀ ਇਸ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਹੀ ਐਸਾ ਹੈ ਤੇ ਉਹਨਾਂ ਨੂੰ ਇਹ ਸਟ्रेस ਵਾਲੀਆਂ ਬਿਮਾਰੀਆਂ ਨਹੀਂ ਹੋਣਗੀਆਂ ਜਿਹਦੇ 'ਚ ਮਾਈਗ੍ਰੇਨ ਹਾਈ ਬਲੱਡ ਪ੍ਰੈਸ਼ਰ ਹੋਰ ਪੇਨਸ ਬਾਡੀ ਦੇ ਜਾਂ ਲੋ ਇਮਿਊਨ ਸਿਸਟਮ ਉਹਨਾਂ ਨੂੰ ਕੁਝ ਹੋਰ ਕਿਸਮ ਦੇ ਪ੍ਰੋਬਲਮ ਹੋ ਸਕਦੇ ਹੈ ਤੇ ਇਹ ਮਤਲਬ ਸਟ्रेस ਤੋਂ ਬਚਣ ਵਾਸਤੇ ਕੁਝ ਨਿਊਟ੍ਰੀਐਂਟਸ ਵੀ ਹੋਮਿਓਪੈਥਿਕ 'ਚ ਹੁੰਦੇ ਹੈ ਜਿਹੜੇ ਕਿ ਤੁਸੀਂ ਉਹ ਲਓ ਤਾਂ ਤੁਹਾਡਾ ਨਰਵਸ ਸਿਸਟਮ ਸਟਰੋਂਗ ਰਹਿੰਦਾ ਜਿਹਦੇ 'ਚ ਅਸੀਂ ਬਾਇਓਟੋਨਿਕ ਦੀ ਗੱਲ ਕਰਨੀ ਹੈ ਜਿਹਦੇ 'ਚ ਮੇਨ ਇਨਗਰੀਡੀਐਂਟ ਜਿਹੜਾ ਕਾਲੀ ਫਾਸ ਹੈ ਜਿਹੜੇ ਹੋਮਿਓਪੈਥਿਕ ਜਾਣਦੇ ਨੇ ਕਾਲੀ ਫਾਸ ਇਜ਼ ਵੈਰੀ ਗੁੱਡ ਫਾਰ ਨਰਵ ਸਿਸਟਮ ਨੂੰ ਮਤਲਬ ਇੱਕ ਨਿਊਟ੍ਰੀਸ਼ਨਲ ਸਪਲੀਮੈਂਟ ਵੀ ਹੈ ਜਿਹਨਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਹ ਵੀ ਯੂਜ਼ ਕਰ ਸਕਦੇ ਹੈ ਅਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਦਿੰਦੇ ਹਾਂ ਕਾਲੀ ਫਾਸ ਐਜ਼ ਅ ਟੋਨਿਕ ਐਸ ਫਾਰ ਐਸ ਆਈ ਰਿਮੈਂਬਰ ਡਾਰਕ ਸਰਕਲਸ ਦੇ ਲਈ ਵੀ ਕਾਲੀ ਫਾਸ ਦਾ ਆਈ ਥਿੰਕ ਯੂਜ਼ ਹੁੰਦਾ ਜੀ ਬਿਲਕੁਲ ਕਿਉਂਕਿ ਉਹ ਫਿਰ ਸਟ्रेस ਦੀ ਵਜ੍ਹਾ ਨਾਲ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਹਾਡੀ ਅੱਖਾਂ ਦੇ ਅੱਗੇ ਡਾਰਕ ਸਰਕਲ ਹੋ ਜਾਂਦੇ ਨੇ ਮਾਈਗ੍ਰੇਨ ਹੈਡੇਕ ਹੁੰਦੇ ਨੇ ਹੋਰ ਮਤਲਬ ਸਟ्रेस ਦੀ ਵਜ੍ਹਾ ਨਾਲ ਤੇ ਕਾਲੀ ਫਾਸ ਇਜ਼ ਗੁੱਡ ਫਾਰ ਦੈਟ ਔਰ ਸਾਡਾ ਬਹੁਤ ਅੱਛਾ ਪ੍ਰੀਪਰੇਸ਼ਨ ਹੈ ਬਾਇਓਟੋਨਿਕ ਉਹਦੇ 'ਚ ਕਾਲੀ ਫਾਸ ਵੀ ਹੈ ਉਹਦੇ 'ਚ ਹੋਰ ਵੀ ਹੋਮਿਓਪੈਥਿਕ ਔਰ ਹਰਬਲ ਮੈਡੀਸਨਸ ਨੇ ਜਿਹੜੀਆਂ ਕਿ ਸਟ्रेस ਵਾਸਤੇ ਮੈਮਰੀ ਵਾਸਤੇ ਔਰ ਮਸਲ ਪੇਨ ਵਾਸਤੇ ਔਰ ਮਤਲਬ ਪੰਜਾਬੀ ਕੜਾਲ ਪੈਂਦੇ ਨੇ ਮਸਲ ਖਿੱਚ ਜਾਂਦੇ ਕ੍ਰੈਂਪਸ ਹੁੰਦੇ ਨੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਔਰ ਹਰ ਇੱਕ ਨੂੰ ਉਹ ਇਸਤੇਮਾਲ ਕਰਨੀ ਚਾਹੀਦੀ ਹੈ ਔਰ ਉਹ ਸਪਲੀਮੈਂਟ ਹੈ ਕੋਈ ਮੈਡੀਸਨ ਨਹੀਂ ਕਿ ਬਈ ਤੁਸੀਂ ਮਤਲਬ ਕੋਈ ਪ੍ਰਿਸਕ੍ਰਿਪਸ਼ਨ ਚਾਹੀਦੀ ਹੈ ਜਾਂ ਟੈਂਪਰੇਰੀਲੀ ਤੁਸੀਂ ਯੂਜ਼ ਕਰਨੀ ਉਹਨੂੰ ਆਲ ਦਾ ਟਾਈਮ ਯੂਜ਼ ਕਰੋ ਜੀ ਦੈਟ ਇਜ਼ ਗੁੱਡ ਫਾਰ ਦੈਟ ਸਰ ਇੱਕ ਕਈ ਵਾਰੀ ਅਸੀਂ ਦੇਖਿਆ ਕਿ ਕੁਝ ਲੋਕਾਂ ਨੂੰ ਗੜ ਬਹੁਤ ਜ਼ਿਆਦਾ ਹੁੰਦੇ ਨੇ ਇੱਕ ਹੁੰਦਾ ਉਹ ਠੀਕ ਨਹੀਂ ਹੁੰਦਾ ਦੂਜਾ ਗੜ ਸ਼ੁਰੂ ਹੋ ਜਾਂਦਾ ਫਿਰ ਉਹ ਨਹੀਂ ਠੀਕ ਹੁੰਦਾ ਤੀਜਾ ਸ਼ੁਰੂ ਹੋ ਜਾਂਦਾ ਇਹ ਕਿਉਂ ਹੁੰਦਾ ਤੇ ਇਹਦਾ ਕੀ ਟ੍ਰੀਟਮੈਂਟ ਹੋ ਸਕਦਾ ਹੈ ਜ਼ਿਆਦਾਤਰ ਇਹਦੀ ਵਜ੍ਹਾ ਇਹ ਹੁੰਦੀ ਜਿਹੜੇ ਲੋਕ ਮਿੱਠਾ ਜ਼ਿਆਦਾ ਖਾਂਦੇ ਨੇ ਮਤਲਬ ਗੁੜ ਤੋਂ ਲੈ ਕੇ ਚੀਨੀ ਔਰ ਸ਼ੂਗਰ ਔਰ ਕੈਂਡੀਆਂ ਵਗੈਰਾ ਸਾਰੀਆਂ ਔਰ ਦੂਸਰਾ ਉਹਨਾਂ ਦੀ ਬਾਡੀ ਨੂੰ ਡੀਟੌਕਸੀਫਿਕੇਸ਼ਨ ਚਾਹੀਦਾ ਜਿਸ ਤਰ੍ਹਾਂ ਖੂਨ ਨੂੰ ਸਾਫ਼ ਕਰਨ ਵਾਸਤੇ ਜਿਸ ਤਰ੍ਹਾਂ ਆਮ ਜ਼ਬਾਨ 'ਚ ਕਹਿੰਦੇ ਨੇ ਤੇ ਉਹਦੇ 'ਚ ਕੌੜੀ ਜੜੀ ਬੂਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਇਸਤੇਮਾਲ ਹੁੰਦੀਆਂ ਨੇ ਜਿਸ ਤਰ੍ਹਾਂ ਨਿੰਮ ਹੋ ਗਿਆ ਜਾਂ ਗੁੜਮਾਰ ਬੂਟੀ ਹੋ ਗਈ ਜਾਮਨ ਹੋ ਗਏ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੇ ਸ਼ੂਗਰ ਦੇ ਫਾਰਮੂਲੇ 'ਚ ਵੀ ਇਹ ਹੀ ਮੇਨ ਇਨਗਰੀਡੀਐਂਟ ਹੁੰਦੇ ਆ ਕੌੜੀ ਜੜੀ ਬੂਟੀਆਂ ਜਿਹਦੇ ਵਿੱਚ ਗੁੜਮਾਰ ਬੂਟੀ ਹੁੰਦੀ ਹੈ ਔਰ ਜਾਮੁਨ ਦੀਆਂ ਹਿੜਕਾਂ ਹੁੰਦੀਆਂ ਨੇ ਔਰ ਮਤਲਬ ਇਹ ਤਾਂ ਮੇਨ ਚੀਜ਼ਾਂ ਨੇ ਨਾ ਉਸ ਤੋਂ ਇਲਾਵਾ ਜਿਹੜੀਆਂ ਨੇ ਹੋਰ ਵੀ ਲਿਕਰਿਸ਼ ਹੁੰਦੀ ਹੈ ਦੂਸਰੀ ਸਿਨਾਮਿਨ ਹੁੰਦੀ ਹੈ ਔਰ ਕੁਝ ਅਮੀਨੋ ਐਸਿਡਸ ਹੁੰਦੇ ਨੇ ਕੁਝ ਵਾਈਟਾਮਿਨਸ ਹੁੰਦੇ ਨੇ ਔਰ ਜਿਹੜੇ ਕਿ ਸਟਿਮੂਲੇਟ ਕਰਦੇ ਆ ਤੁਹਾਡੇ ਲਿਵਰ ਫੰਕਸ਼ਨ ਨੂੰ ਔਰ ਪੈਂਕਰੀਐਟਿਕ ਫੰਕਸ਼ਨ ਨੂੰ ਕਿ ਤੁਹਾਡੀ ਸ਼ੂਗਰ ਜਿਹੜੀ ਹੈ ਉਹ ਬਰਨ ਹੋਵੇ ਬਾਡੀ 'ਚ ਬਾਡੀ ਸੈੱਲ ਜਿਹੜੇ ਨੇ ਉਹ ਯੂਜ਼ ਕਰਨ ਸ਼ੂਗਰ ਔਰ ਇਨਸੁਲਿਨ ਅਗਰ ਘੱਟ ਬਣਦੀ ਹੈ ਤੇ ਉਹ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੋਵੇ ਜੀ ਹਾਂਜੀ ਤੇ ਤੁਸੀਂ ਵੀ ਡਾਕਟਰ ਸਾਹਿਬ ਨੂੰ ਇਸ ਲਾਈਵ ਸ਼ੋਅ ਦੇ ਵਿੱਚ ਆਪਣੇ ਸਵਾਲ ਪੁੱਛ ਸਕਦੇ ਹੋ ਜੇ ਤੁਹਾਨੂੰ
ਤੁਹਾਡੀ ਕੋਈ ਹੈਲਥ ਪ੍ਰੋਬਲਮ ਹੈ ਜਿਹਦੇ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਜਿਹਦੇ ਬਾਰੇ ਤੁਸੀਂ ਹੋਮਿਓਪੈਥਿਕ ਅਤੇ ਨੈਚੁਰਲ ਹਰਬਲ ਟ੍ਰੀਟਮੈਂਟਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਲਾਈਵ ਸ਼ੋਅ ਦੇ ਵਿੱਚ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ, ਫੋਨ ਨੰਬਰ 718-786-5222। ਪਲੀਜ਼ ਮੇਕ ਸ਼ੋਰ ਜਦ ਵੀ ਤੁਸੀਂ ਕਾਲ ਕਰੋ ਟੀਵੀ ਦੀ ਵੋਲਿਊਮ ਘੱਟ ਕਰਕੇ ਸਾਡੇ ਨਾਲ ਫੋਨ 'ਤੇ ਗੱਲ ਕਰੋ। ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ, ਤੁਸੀਂ ਸਿਰਫ ਇਹ ਦੱਸਣਾ ਕਿ ਤੁਸੀਂ ਕਿਸ ਜਗ੍ਹਾ ਤੋਂ ਬੋਲ ਰਹੇ ਹੋ ਅਤੇ ਸਵਾਲ ਕੀ ਹੈ ਤੁਹਾਡਾ। ਮਗਰ ਨਾਲ ਦੇ ਨਾਲ ਸਰ, ਜਿੱਦਾਂ ਮੈਂ ਵੇਖ ਰਹੀ ਸੀ ਕਿ ਸੁਪਰ ਡਾਇਬਟਿਕ ਫਾਰਮੂਲਾ ਹੈ ਉਹਨਾਂ ਦੇ ਲਈ ਜਿਹਨਾਂ ਨੂੰ ਡਾਇਬਟੀਜ਼ ਨੇ, ਸ਼ੂਗਰ ਦੀ ਪ੍ਰੋਬਲਮ ਹੈ, ਤੇ ਇਹਦੇ ਵਿੱਚ ਕਿਹੜੇ ਕਿਹੜੇ ਇਨਗਰੀਡੀਐਂਟਸ ਨੇ? ਮੈਂ ਵੇਖ ਰਹੀ ਹਾਂ ਕਿ ਇਨਗਰੀਡੀਐਂਟਸ ਦੀ ਪੂਰੀ ਲਿਸਟ ਭਰੀ ਪਈ ਹੈ। ਹਾਂਜੀ ਬਿਲਕੁਲ ਜੀ, ਤੇ ਕਿਹੜੇ ਕਿਹੜੇ ਮੇਨ ਇਨਗਰੀਡੀਐਂਟਸ ਨੇ? ਮੇਨ ਤਾਂ ਤੁਹਾਨੂੰ ਦੱਸਿਆ ਨਾ ਕਿ ਜਾਮੁਨ ਦੀਆਂ ਸਿਰਕਾਂ, ਉਹਦਾ ਐਕਸਟਰੈਕਟ ਹੈ, ਗੁੜਮਾਰ ਬੂਟੀ ਹੈ, ਸਿਨਾਮਿਨ ਹੈ, ਉਸ ਤੋਂ ਇਲਾਵਾ ਇਹਦੇ ਬੀ ਕੰਪਲੈਕਸ ਹੈ, ਗਲਾਈਕੋਲਿਕ ਐਸਿਡ ਹੈ, ਔਰ ਉਹਦੇ ਉਸ ਤੋਂ ਇਲਾਵਾ ਜਿਹੜਾ ਇਹਦੇ 'ਚ ਮਿਨਰਲਸ ਨੇ ਜਿਹੜੇ ਕਿ ਸ਼ੂਗਰ ਵਾਸਤੇ, ਮੈਟਾਬੋਲਿਜ਼ਮ ਵਾਸਤੇ ਬਹੁਤ ਅੱਛੇ ਹੁੰਦੇ ਨੇ। ਕੁਝ ਹਰਬਸ ਐਸੀਆਂ ਨੇ ਜਿਹੜੇ ਲਿਵਰ ਫੰਕਸ਼ਨ ਵਾਸਤੇ ਅੱਛੀਆਂ ਨੇ, ਕੁਝ ਹਰਬਸ ਨੇ ਜਿਹੜੀਆਂ ਕਿ ਕਿਡਨੀ ਵਾਸਤੇ ਬਹੁਤ ਅੱਛੀਆਂ ਨੇ, ਕਿਉਂਕਿ ਡਾਇਬੈਟਿਕ ਲੋਕਾਂ ਨੂੰ ਕਿਡਨੀ ਦਾ ਪ੍ਰੋਬਲਮ, ਨਰਵਸ ਸਿਸਟਮ ਦਾ ਪ੍ਰੋਬਲਮ, ਲਿਵਰ ਦਾ ਪ੍ਰੋਬਲਮ, ਔਰ ਫਿਰ ਦੂਸਰੀ ਬਲੱਡ ਸਰਕੂਲੇਸ਼ਨ ਇਫੈਕਟ ਹੁੰਦੀ ਹੈ ਡਾਇਬੈਟਿਕ ਲੋਕਾਂ ਨੂੰ, ਔਰ ਉਹਦੇ ਨਾਲ ਸਪੈਸ਼ਲੀ ਮੈਨ ਜਿਹੜਾ, ਅਗਰ ਉਹਨਾਂ ਦੀ ਬਲੱਡ ਸਰਕੂਲੇਸ਼ਨ ਇਫੈਕਟ ਹੁੰਦੀ ਹੈ ਤੇ ਉਹਨਾਂ ਨੂੰ ਸੈਕਸ਼ੂਅਲ ਵੀਕਨੈਸ ਬਹੁਤ ਹੋ ਜਾਂਦੀ ਹੈ, ਕਿਉਂਕਿ ਬਲੱਡ ਸਰਕੂਲੇਟ ਨਹੀਂ ਹੁੰਦਾ ਔਰ ਹਾਰਮੋਨ ਲੈਵਲ ਘੱਟ ਜਾਂਦਾ ਹੈ, ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ। ਅਗਰ ਇੰਗਲਿਸ਼ ਦਵਾਈਆਂ ਖਾ ਰਹੇ ਨੇ, ਇਨਸੁਲਿਨ ਲੈ ਰਹੇ ਨੇ ਜਾਂ ਟੈਬਲੇਟ ਲੈ ਰਹੇ ਨੇ ਡਾਇਬੈਟਿਕ ਦੀਆਂ, ਉਹਨਾਂ ਨੂੰ ਚਾਹੀਦਾ ਕਿ ਇਹ ਸੁਪਰ ਡਾਇਬੈਟਿਕ ਫਾਰਮੂਲਾ 2-2 ਗੋਲੀਆਂ 3 ਟਾਈਮ ਖਾਣੇ ਦੇ ਨਾਲ ਖਾਣ, ਔਰ ਉਹਦੇ ਨਾਲ ਨਾਲ ਆਪਣੀ ਬਲੱਡ ਸ਼ੂਗਰ ਨੂੰ ਵਾਚ ਕਰਨ ਔਰ ਸਲੋਲੀ ਜਿਹੜਾ ਟੇਪਰ ਆਫ ਕਰਦੇ ਜਾਣ। ਅਗਰ ਟੈਬਲੇਟ ਲੈ ਰਹੇ ਨੇ, ਅਗਰ ਇਨਸੁਲਿਨ ਲੈ ਰਹੇ, ਉਹਦਾ ਡੋਜ਼ ਘੱਟ ਜਾਏਗਾ, ਔਰ ਇਹਦਾ ਰਿਜ਼ਲਟ ਜਿਹੜਾ ਹਰ ਇੱਕ ਦਾ ਅਲੱਗ ਅਲੱਗ ਹੁੰਦਾ। ਕਈਆਂ ਲੋਕਾਂ ਨੂੰ ਕਾਫੀ ਐਸੇ ਡਾਇਬਟੀਜ਼ ਨੇ, ਉਹ ਇਨਸੁਲਿਨ ਲੈ ਰਹੇ ਨੇ, ਟੈਬਲੇਟ ਵੀ ਲੈ ਰਹੇ ਨੇ, ਤੇ ਅਗਰ ਇਹ ਐਜ਼ ਏ ਵਿਟਾਮਿਨ ਵੀ ਖਾਣ, ਐਜ਼ ਏ ਸਪਲੀਮੈਂਟ ਵੀ ਖਾਣ, ਔਰ ਨਾਲ ਨਾਲ ਉਹ ਦਵਾਈ ਵੀ ਖਾਂਦੇ ਰਹਿਣ, ਉਹਨੂੰ ਫਿਰ ਆਸਤੇ ਆਸਤੇ ਘੱਟ ਕਰਨ, ਤੇ ਉਹਦੇ ਨਾਲ ਉਹਨਾਂ ਦੀ ਬਾਡੀ ਫੰਕਸ਼ਨ, ਉਹਨਾਂ ਦਾ ਲਿਵਰ ਫੰਕਸ਼ਨ, ਉਹਦਾ ਕਿਡਨੀਜ਼, ਨਰਵਸ ਸਿਸਟਮ, ਔਰ ਪੂਰੀ ਬਾਡੀ ਜਿਹੜੀ ਹੈ ਉਹਨਾਂ ਦੀ ਬਿਹਤਰ ਤਰੀਕੇ ਨਾਲ ਕੰਮ ਕਰੇਗੀ। ਔਰ ਐਜ਼ ਏ ਬਜਾਏ ਦੂਜੇ ਵਿਟਾਮਿਨ ਲੈਣੇ ਦੇ, ਅਗਰ ਇਹ ਡਾਇਬੈਟਿਕ ਲੋਕ ਸਿਰਫ ਸੁਪਰ ਡਾਇਬੈਟਿਕ ਫਾਰਮੂਲਾ ਖਾਂਦੇ ਰਹਿਣ, ਤੇ ਉਹਨਾਂ ਦੀ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਹੈ। ਔਰ ਦੂਸਰੇ ਜਿਹੜੇ ਲੋਕ ਅਜੇ ਬਾਰਡਰ ਲਾਈਨ ਸ਼ੂਗਰ ਹੈ ਉਹਨਾਂ ਨੂੰ, ਜਿਸ ਤਰ੍ਹਾਂ ਡਾਕਟਰ ਕੋਲ ਗਏ, ਚੈੱਕਅਪ ਕਰਾਇਆ, ਡਾਕਟਰ ਨੇ ਕਿਹਾ ਜੀ ਮਤਲਬ ਬਾਰਡਰ ਲਾਈਨ ਹੈ, ਅਤੇ ਉਹ ਇੰਗਲਿਸ਼ ਦਵਾਈ ਨਹੀਂ ਦਿੰਦੇ ਤੁਹਾਨੂੰ, ਲੇਕਿਨ ਉਹ ਡਾਇਬੈਟਿਕ ਫਾਰਮੂਲਾ ਖਾ ਕੇ ਅਗਰ 4-6 ਮਹੀਨੇ ਖਾ ਲੈਣ, ਤੇ ਉਹਨਾਂ ਦੀ ਸ਼ੂਗਰ ਬਿਲਕੁਲ ਵੀ ਠੀਕ ਹੋ ਸਕਦੀ ਹੈ। ਜਦੋਂ ਮੈਂ ਪਾਣੀ ਵੀ ਪੀਣਾ ਹੁੰਦਾ ਤੇ ਪਾਣੀ ਤੋਂ ਬਾਅਦ ਵੀ ਮੈਨੂੰ ਗੈਸ ਹੋ ਜਾਂਦੀ ਹੈ। ਓਕੇ, ਤੇ ਫਿਰ ਗੈਸ ਦੇ ਨਾਲ ਮੇਰੀ ਬੋਡੀ ਦੇ ਉੱਪਰ ਪੂਰੀ ਤੇ ਖਾਜ ਜੀ ਹੁੰਦੀ ਹੈ ਜਿੱਦਾਂ। ਓਕੇ, ਤੇ ਤੁਸੀਂ ਕੋਈ ਦਵਾਈ ਖਾ ਰਹੇ ਹੋ? ਡਾਕਟਰ ਨੇ ਕੋਈ ਦਿੱਤੀ ਹੈ ਦਵਾਈ ਤੁਹਾਨੂੰ? ਨਹੀਂ, ਬਸ ਉਹੀ ਜਿੱਦਾਂ ਉਹ ਆਪਣਾ ਇੰਡੀਅਨ ਚੂਰਨ ਹੁੰਦਾ, ਚੂਰਨ ਜਿਹਾ ਉਹ ਲੈ ਲਈਦਾ, ਹੋਰ ਕੁਛ ਨਹੀਂ ਹੈ। ਓਕੇ, ਤੇ ਹੋਰ ਤੇ ਕੋਈ ਪ੍ਰੋਬਲਮ ਨਹੀਂ ਇਸ ਤੋਂ ਇਲਾਵਾ ਤੁਹਾਨੂੰ? ਨਹੀਂ, ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਓਕੇ, ਠੀਕ ਹੈ। ਤੇ ਤੁਸੀਂ ਹੋਮਿਓਪੈਥਿਕ ਦਾ, ਤੁਹਾਡਾ ਵੇਟ ਤੇ ਨਹੀਂ ਜ਼ਿਆਦਾ? ਖਾਣੇ ਪੀਣੇ ਚ ਜ਼ਰਾ ਕੋਸ਼ਿਸ਼ ਕਰੋ ਕਿ ਸਾਦੀ ਚੀਜ਼ ਖਾਓ, ਜ਼ਿਆਦਾ ਹੈਵੀ ਮਿੱਠੀਆਂ ਓਇਲੀ ਵਾਲੀਆਂ ਚੀਜ਼ਾਂ ਨਾ ਖਾਓ। ਦੂਸਰਾ ਕਿ ਰਾਤ ਨੂੰ ਖਾਣਾ ਜਿਹੜਾ ਨਾ ਉਹ ਦੇਰ ਨਾਲ ਖਾ ਕੇ ਸੌਂ ਨਾ ਜਾਇਆ ਕਰੋ, ਜਿਸ ਤਰ੍ਹਾਂ ਉਹਦੇ ਨਾਲ ਵੀ ਇਹ ਬਹੁਤ ਪ੍ਰੋਬਲਮ ਵੱਧਦੀ ਹੈ। ਚਲੋ, ਦੈਟਸ ਗੁੱਡ। ਤੇ ਤੁਸੀਂ ਹੋਮਿਓਪੈਥਿਕ ਦੇ ਡਾਇਜੈਸਟਿਵ ਫਾਰਮੂਲਾ ਹੁੰਦਾ ਟੈਬਲੇਟ, ਉਹ ਰੋਟੀ ਖਾਣ ਦੇ ਨਾਲ ਖਾਣੀ ਹੁੰਦੀ ਹੈ, ਤੇ ਇੱਕ ਡਰੋਪਸ ਹੁੰਦੇ ਹੈ ਹੈਪੇਟਿਸਾਨ ਦੇ ਨਾਂ ਤੇ, ਉਹ ਡਰੋਪਸ ਪਾਣੀ 'ਚ ਬੂੰਦਾਂ ਪਾ ਕੇ ਮਿਕਸ ਕਰਕੇ ਪੀਓ, ਔਰ ਡਾਇਜੈਸਟਿਵ ਫਾਰਮੂਲਾ ਖਾਓ, ਤੇ ਇਹ ਕੁਝ ਅਰਸਾ ਇਸ ਤਰ੍ਹਾਂ ਕਰੋਗੇ ਤੇ ਤੁਹਾਡਾ ਪ੍ਰੋਬਲਮ ਠੀਕ ਹੋ ਜਾਏਗਾ। ਠੀਕ ਹੈ ਜੀ, ਬਹੁਤ ਚਿਰ ਤੋਂ 2-2.5 ਸਾਲ ਤੋਂ ਇਹ ਮੈਨੂੰ ਪ੍ਰੋਬਲਮ ਹੈਗੀ ਹੈ ਜੀ। ਨੋ ਪ੍ਰੋਬਲਮ। ਤੇ ਤੁਸੀਂ ਨਾ ਖਾਣੇ ਪੀਣੇ 'ਚ ਵੀ ਥੋੜਾ ਹਲਕੀਆਂ ਗਿਜ਼ਾਵਾਂ ਖਾਓ, ਤੇ ਉਹਦੇ ਨਾਲ ਬਹੁਤ ਫਰਕ ਪਏਗਾ ਤੁਹਾਨੂੰ। ਤੁਸੀਂ ਆਫਿਸ ਕਾਲ ਕਰਕੇ ਤੇ ਮੰਗਵਾ ਲੈਣਾ ਦੋ ਦਵਾਈਆਂ ਜਿਹੜੀ ਦੱਸੀਆਂ। ਓਕੇ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਫਾਰ ਕਾਲਿੰਗ। ਐਂਡ ਮਿਰਚ ਮਸਾਲੇ ਵੀ ਮੇਰੇ ਖਿਆਲ ਨਾਲ ਘੱਟ ਕਰਨੇ ਚਾਹੀਦੇ, ਸਾਡੇ ਪੰਜਾਬੀ ਜਿਹੜੇ ਖਾਣਾ ਹੁੰਦਾ ਮਸਾਲੇ ਬੜੇ ਜ਼ਿਆਦਾ ਹੁੰਦੇ ਨੇ ਉਹਦੇ ਵਿੱਚ, ਤੇ ਉਹਦੇ ਨਾਲ ਵੀ ਮੇਰੇ ਖਿਆਲ ਨਾਲ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ। ਔਰ ਜਿਨ੍ਹਾਂ ਲੋਕਾਂ ਨੂੰ ਡਾਈਜੈਸਟਿਵ ਦਾ ਪ੍ਰੋਬਲਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਸਿੰਪਲ ਮਤਲਬ ਖਾਣਾ ਖਾਣ, ਅਗਰ ਦੁੱਧ ਦਾ ਗਲਾਸ ਲੈ ਲੈਣ, ਇੱਕ ਤਾਜ਼ਾ ਫੁਲਕਾ ਬਣਾ ਲੈਣ, ਉਹਦੇ ਨਾਲ ਖਾ ਲੈਣ, ਬੈਸਟ ਹੈ। ਮਤਲਬ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਸਾਲਨ ਮਸਾਲੇ ਓਇਲ, ਅਗਰ ਉਹ ਤੁਸੀਂ ਥੋੜ੍ਹਾ ਜਿਹਾ ਪਰਹੇਜ਼ ਕਰੋ। ਔਰ ਇੱਕ ਦੂਸਰੀ ਗੱਲ ਹੈ ਕਿ ਜਿਹਨਾਂ ਲੋਕਾਂ ਨੂੰ ਇਹ ਗੈਸ ਦਾ ਪ੍ਰੋਬਲਮ ਹੈ,
ਉਹਨਾਂ ਨੂੰ ਚਾਹੀਦਾ ਕਿ ਖਾਣਾ ਖਾਣ ਦੇ ਨਾਲ ਪਾਣੀ ਨਾ ਜ਼ਿਆਦਾ ਪੀਣ ਜੀ, ਖਾਣਾ ਖਾ ਕੇ ਪਾਣੀ 2 ਘੰਟੇ ਬਾਅਦ ਪੀਣ ਜਾਂ ਖਾਣਾ ਖਾਣ ਤੋਂ ਪਹਿਲਾਂ ਪਾਣੀ ਪੀ ਲੈਣ ਫਿਰ ਖਾਣਾ ਖਾਣ ਜੀ। ਐਂਡ ਵਿਦ ਦੈਟ ਵਿਲ ਟੇਕ ਆ ਨੈਕਸਟ ਕਾਲ। ਹੈਲੋ ਜੀ, ਭਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਸਰ ਤੁਹਾਡਾ? ਮੈਂ ਓਹਾਇਓ ਤੋਂ ਬੋਲ ਰਿਹਾ ਜੀ। ਜੀ ਸਰ, ਸਵਾਲ ਪੁੱਛ ਸਕਦੇ ਹੋ ਆਪਣਾ? ਮੈਂ ਸਵਾਲ ਤਾਂ ਇਹੀ ਪੁੱਛਣਾ ਵੀ, ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਵੀ ਇੱਕ ਵਾਰ ਗੱਲ ਕਰੀ ਸੀ, ਮੈਨੂੰ ਮਸਲਾਂ ਦੀ ਪ੍ਰੋਬਲਮ ਆ। ਮਸਲ ਕਿਸ ਚੀਜ਼? ਮਸਲ 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 ਦਾ ਪੇਨ ਹੁੰਦਾ ਹੈ? ਕੀ ਹੁੰਦਾ? ਪੇਨ ਨਹੀਂ, ਮੇਰੀ ਗਰਦਨ ਨਹੀਂ ਮੁੜਦੀ, ਕੁਝ ਨਹੀਂ ਹੁੰਦਾ। ਓ ਅੱਛਾ ਅੱਛਾ, ਤੇ ਉਹ ਸਟਿਫਨੈਸ ਹੈ? ਆਸਤੇ ਆਸਤੇ ਮਸਲ ਜਿਹੜੇ ਨੇ ਉਹ ਲੂਜ਼ ਤੇ ਨਹੀਂ ਹੋ ਰਹੇ, ਜਾਂ ਕੀ ਤੁਹਾਡਾ ਡਾਇਗਨੋਸ ਕੀ ਕੀਤਾ ਡਾਕਟਰ ਨੇ? ਹੈਲੋ ਹੈਲੋ ਸਰ, ਪਲੀਜ਼ ਟੀਵੀ ਤੇ। ਮੈਨੂੰ ਪਹਿਲਾਂ ਕਿਹਾ ਤਾਂ ਵੀ ਆਹ ਦਵਾਈ ਖਾ ਲਓ, ਉਹ ਹਰੀਆਂ ਹਰੀਆਂ ਜੀ ਸ਼ੀਸ਼ੀਆਂ, ਇੱਕ ਨੰਬਰ, ਦੋ ਨੰਬਰ, ਤਿੰਨ ਨੰਬਰ ਤੁਸੀਂ ਦਿੱਤੀਆਂ ਨੇ, ਮੈਂ 6 ਸ਼ੀਸ਼ੀਆਂ ਖਾ ਲਈਆਂ ਜੀ ਜੀ, ਪਰ ਮੈਂ ਕੋਈ ਫਰਕ ਨਹੀਂ ਪਿਆ। ਤੇ ਉਹਦੇ ਤੁਹਾਨੂੰ ਮੈਂ ਡੀਟੌਕਸ ਚ ਤੁਸੀਂ ਮੰਗਾਇਆ ਸੀ ਡੀਟੌਕਸ ਫਾਰਮੂਲਾ, ਪਤਾ ਨਹੀਂ ਤੁਸੀਂ ਕੀ ਕਿਹਾ ਤਾਂ ਵੀ ਇਹ ਖਾਓ ਵੀ ਤੇ ਠੀਕ ਹੋ ਜਾਊਗਾ। ਹਾਂਜੀ ਓਕੇ, ਕੋਈ ਫਰਕ ਨਹੀਂ ਪਿਆ ਉਹਦੇ ਨਾਲ। ਅੱਛਾ, ਇੱਕ ਤੇ ਤੁਹਾਨੂੰ ਡੀਟੌਕਸ ਦਿੱਤਾ ਸੀ ਨਾ, ਹੁਣ ਮਸਲ ਦਾ ਤੁਹਾਡਾ ਪ੍ਰੋਬਲਮ ਪਤਾ ਨਹੀਂ ਕੁਝ ਜ਼ਿਆਦਾ ਸਿਵੀਅਰ ਤੇ ਨਹੀਂ ਹੈ ਉਹ? ਮਸਲ ਉਹ ਕਿਉਂਕਿ ਮੇਰੇ C6 ਐਂਡ C7 ਚ ਜੀ, ਉਹਦੇ ਚ ਇੱਕ ਪਲੇਟ ਪਾਈ ਹੋਈ ਆ। ਓਹੋ ਅੱਛਾ ਓਕੇ, ਤੇ ਤੁਸੀਂ ਅੱਛਾ, ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਤੁਸੀਂ ਨਾ ਆਪਣੀ ਜਿਹੜੀ ਰਿਪੋਰਟ ਹੈ ਨਾ ਡਾਕਟਰ ਦੀ ਉਹ ਫੈਕਸ ਕਰਨਾ, ਮੇਰਾ ਫੈਕਸ ਨੰਬਰ ਤੁਸੀਂ ਆਫਿਸ 'ਚ ਕਾਲ ਕਰਕੇ ਲੈ ਲਓ, ਔਰ ਮੈਂ ਦੇਖਣਾ ਕਿ ਕੀ ਕਰ ਸਕਦੇ ਹਾਂ ਤੁਹਾਡਾ। ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ ਫਾਰ ਕਾਲਿੰਗ। ਮਗਰ ਤੁਸੀਂ ਜ਼ਰੂਰ ਪਲੀਜ਼ ਜਦ ਵੀ ਕਾਲ ਕਰਦੇ ਹੋ ਟੀਵੀ ਦੀ ਵੋਲਿਊਮ ਕੱਟ ਕਰਕੇ ਸਾਡੇ ਨਾਲ ਫੋਨ ਤੇ ਗੱਲ ਕਰੋ, ਐਂਡ ਤੁਸੀਂ ਜ਼ਰੂਰ ਜਿੱਦਾਂ ਕਿ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਉਹਨਾਂ ਨਾਲ, ਉਹਨਾਂ ਦੇ ਆਫਿਸ 'ਚ ਕਾਲ ਕਰਕੇ ਉਹਨਾਂ ਨਾਲ ਤੁਸੀਂ ਡਿਟੇਲ ਵਿੱਚ ਗੱਲ ਕਰ ਸਕਦੇ ਹੋ, ਐਂਡ ਉਹਨਾਂ ਨੂੰ ਆਪਣੀ ਜਿਹੜੀ ਮੈਡੀਕਲ ਰਿਪੋਰਟ ਜਿਹੜੀ ਆ ਤੁਸੀਂ ਨਾਲ ਮੇਲ ਕਰ ਸਕਦੇ ਹੋ। ਜਦ ਵੀ ਤੁਸੀਂ ਡਾਕਟਰ ਸਾਹਿਬ ਨਾਲ ਕਿਸੇ ਵੀ ਮਸਲੇ 'ਤੇ ਜਦ ਤੁਸੀਂ ਗੱਲ ਕਰਦੇ ਹੋ, ਇਟਸ ਆਲਵੇਜ਼ ਬੈਟਰ ਕਿ ਤੁਸੀਂ ਆਪਣੀ ਪੂਰੀ ਮੈਡੀਕਲ ਹਿਸਟਰੀ ਸਾਹਮਣੇ ਰੱਖੋ। ਹੋਮਿਓਪੈਥਿਕ ਹਰਬਲ ਦਵਾਈ ਜਿਹੜੀ ਹੈ ਉਹ ਇਜ਼ ਨਾਟ ਵਰਕਿੰਗ ਐਜ਼ ਏ ਪੇਨ ਕਿਲਰ, ਕਿ ਬਈ ਜਿਸ ਤਰ੍ਹਾਂ ਦਰਦ ਹੈ ਤੁਸੀਂ ਗੋਲੀ ਖਾ ਲਓ ਰਾਈਟ ਅਵੇ ਦਰਦ ਠੀਕ ਹੋ ਜਾਏ। ਤੇ ਜਿਹੜੀ ਕਮਜ਼ੋਰੀ ਹੁੰਦੀ ਹੈ, ਅਗਰ ਮਸਲ ਵੀਕ ਨੇ, ਬੋਨਸ ਵੀਕ ਨੇ, ਜਾਂ ਫਿਰ ਅਗਰ ਉਹਨਾਂ ਦਾ ਬਹੁਤ ਹੀ ਸਿਵੀਅਰ ਕੋਈ ਆਪਰੇਸ਼ਨ ਹੋਇਆ ਹੋਇਆ ਜਿਹੜਾ ਕਿ ਉਹਦੇ ਚ ਮਤਲਬ ਕਾਫੀ, ਕਈ ਦਫਾ ਹੁੰਦਾ ਮਸਲ ਜਿਹੜੇ ਲੂਜ਼ ਹੋ ਰਹੇ ਹੁੰਦੇ ਆ, ਇਨ ਅਦਰ ਵਰਡਸ ਕਿ ਉਹ ਇੱਕ ਹੈਰੀਡਿਟਰੀ ਫੈਕਟਰ ਹੁੰਦਾ ਜਿਹਦੇ ਨਾਲ ਤੁਹਾਡੇ ਮਸਲ ਜਿਹੜੇ ਨੇ ਨਾ ਉਹ ਮਤਲਬ ਇੱਕ ਡੈਡ ਹੁੰਦੇ ਜਾਂਦੇ ਆਮ ਜ਼ਬਾਨ ਚ ਕਹਿ ਲਓ, ਤੇ ਉਹ ਉਹਦਾ ਤੇ ਕੋਈ ਇਲਾਜ ਨਹੀਂ ਹੁੰਦਾ ਅਨਫੋਰਚੁਨੇਟਲੀ, ਲੇਕਿਨ ਅੱਲਾ ਕਰੇ ਉਹ ਪ੍ਰੋਬਲਮ ਇਹਨਾਂ ਨੂੰ ਨਾ ਹੋਵੇ, ਲੇਕਿਨ ਹੈ ਕਿ ਰਿਪੋਰਟ ਜਦੋਂ ਆਏਗੀ ਤੇ ਦੇਖ ਕੇ ਉਸ ਹਿਸਾਬ ਨਾਲ ਫਿਰ ਇਹਨਾਂ ਨੂੰ ਦੱਸਿਆ ਜਾ ਸਕਦਾ। ਔਰ ਕਈ ਲੋਕ ਜਿਹੜੇ ਨੇ ਨਾ ਜਿਹਨਾਂ ਨੂੰ ਅਗਰ ਥੋੜਾ ਬਹੁਤ ਫਾਇਦਾ ਨਹੀਂ ਹੋਇਆ ਦਵਾਈ ਦਾ, ਜਿਸ ਤਰ੍ਹਾਂ ਐਕਸਪੈਕਟ ਕਰਦੇ ਆ ਕਿ ਇੱਕਦਮ ਫਾਇਦਾ ਹੋਏਗਾ, ਲੇਕਿਨ ਕੁਝ ਐਸੇ ਪ੍ਰੋਬਲਮ ਨੇ ਜਿਹੜੇ ਲੌਂਗ ਟਾਈਮ ਮਤਲਬ ਉਹ ਬਿਮਾਰ ਹੈ, ਔਰ ਦਵਾਈ ਹੋਮਿਓਪੈਥਿਕ ਦੀ ਪ੍ਰੋਪਰਲੀ ਟਾਈਮ ਨਾਲ ਖਾ ਕੇ ਔਰ ਉਹਨੂੰ ਕੰਟੀਨਿਊ ਖਾਣੀ ਪੈਂਦੀ ਹੈ, ਔਰ ਉਹਦੇ ਨਾਲ ਹੀ ਫਿਰ ਉਹਨਾਂ ਦੀ ਸਿਹਤਯਾਬੀ ਹੁੰਦੀ ਹੈ। ਬਿਲਕੁਲ, ਤੁਸੀਂ ਜ਼ਰੂਰ ਡਾਕਟਰ ਸਾਹਿਬ ਨੂੰ ਉਹਨਾਂ ਦੇ ਆਫਿਸ ਨੰਬਰਸ ਤੇ ਕਾਲ ਕਰ ਸਕਦੇ ਹੋ। ਵਿਲ ਟੇਕ ਆ ਨੈਕਸਟ ਕਾਲ। ਹੈਲੋ 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 ਹੈਲੋ, ਆਲਰਾਈਟ, ਕਾਲ ਅਸ ਅਗੇਨ। ਹੈਲੋ ਹੈਲੋ, ਆਲਰਾਈਟ, ਕਾਲ ਅਸ ਅਗੇਨ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਮੈਂ ਪ੍ਰਵਲ ਸਿੰਘ ਬੋਲਦਾ ਜੀ, ਸਰੀ ਤੋਂ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਲ ਪੁੱਛੋ। ਹਾਂਜੀ, ਮੈਨੂੰ ਨਾ ਜੀ 1.5 ਸਾਲ ਤੋਂ ਹੋਈ ਆ ਥੋੜੀ ਜੀ ਪ੍ਰੋਬਲਮ ਸ਼ੂਗਰ ਦੀ ਵੀ। ਜੀ ਜੀ ਓਕੇ, ਤੇ ਥੋੜੀ ਆ ਸ਼ੂਗਰ, ਬਹੁਤ ਮੈਂ ਕੰਟਰੋਲ ਚੁੱਕੀ ਆ। ਜਿਹੜੀ ਜਿਹੜੀ AIC ਆ ਮੇਰਾ 6.5 ਆ ਜੀ। ਓਕੇ, ਤੁਸੀਂ ਕੋਈ ਦਵਾਈ ਸ਼ੁਰੂ ਕੀਤੀ ਹੈ ਕਿ ਨਹੀਂ? ਮੈਨੂੰ ਡਾਕਟਰ ਨੇ, ਫੈਮਿਲੀ ਡਾਕਟਰ ਨੇ ਜੀ ਮੈਟਾਫੋਰਮਿਨ ਲੈਣਾ ਮੈਂ 500 mg ਇੱਕ ਗੋਲੀ ਜੀ, ਇੱਕ ਸ਼ਾਮ ਇੱਕ ਸਵੇਰੇ, ਠੀਕ ਹੈ, ਖਾਣੇ ਦੇ ਨਾਲ। ਤੇ ਫਰੂਟ ਤੇ ਨਹੀਂ ਜ਼ਿਆਦਾ ਖਾਂਦੇ? ਫਰੂਟ ਤਾਂ ਮੈਂ ਰੋਟੀ ਘੱਟ ਕੀਤੀ ਆ ਜੀ, ਹੁਣ ਜ਼ਿਆਦਾ ਖਾਣ ਲੱਗੇ। ਉਹ ਨਹੀਂ ਨਹੀਂ, ਮਤਲਬ ਕੋਈ ਵੀ ਟੇਸਟ ਮਿੱਠੀ ਚੀਜ਼ ਹੈ ਨਾ ਉਹ ਨਹੀਂ ਖਾਣੀ ਚਾਹੀਦੀ, ਭਾਵੇਂ ਉਹ ਫਰੂਟ ਹੀ ਹੋਣ ਭਾਵੇਂ ਜੋ ਵੀ ਹੋਵੇ, ਫਿਰ ਨਹੀਂ ਤੇ ਦਵਾਈ ਜ਼ਿਆਦਾ ਖਾਣੀ ਪਏਗੀ ਤੁਹਾਨੂੰ, ਸਮਝ ਗਏ? ਨਹੀਂ ਉਹ ਕਿੰਨੇ ਜੀ ਕਾਰਬੋਹਾਈਡਰੇਟ ਜ਼ਿਆਦਾ ਨੇ, ਤੁਸੀਂ ਖਾਣਾ ਖਾਂਦੇ ਰੋਟੀ ਖਾਂਦੇ ਹੋ? ਨਹੀਂ ਨਹੀਂ ਉਹ ਠੀਕ ਹੈ, ਰੋਟੀ ਵੀ ਥੋੜੀ ਘੱਟ ਕਰੋ, ਲੇਕਿਨ ਐਕਸਟਰਾ ਫਰੂਟ ਨਹੀਂ ਖਾਣੇ ਚਾਹੀਦੇ ਡਾਇਬੈਟਿਕ ਲੋਕਾਂ ਨੂੰ, ਉਹ ਨਿਹਰੀ ਸ਼ੂਗਰ ਹੀ ਹੁੰਦੀ ਹੈ ਨਾ, ਸਮਝ ਗਏ ਨਾ ਗੱਲ? ਮਤਲਬ ਕਦੇ ਕਦੇ ਹਫਤੇ ਦੀ ਇੱਕ ਦਫਾ ਖਾ ਲਓ। ਤੁਸੀਂ ਜਿਹੜਾ ਡਾਇਬਟਿਕ ਫਾਰਮੂਲਾ ਕਹਿੰਦੇ ਵੀ ਮੇਰੇ ਵਾਸਤੇ ਗੁੱਡ ਆ? ਹਾਂ ਉਹ ਬਹੁਤ ਵਧੀਆ, ਉਹ ਤੁਸੀਂ ਕਾਲ ਕਰਕੇ ਆਫਿਸ ਉੱਥੋਂ ਆਰਡਰ ਕਰਾ ਲਓ ਔਰ ਉਹ ਸ਼ੁਰੂ ਕਰੋ ਤੁਸੀਂ, ਔਰ ਤੁਹਾਡੀ ਇਹ ਮੈਟਫਾਰਮਿਨ ਦੀ ਫਿਰ ਜ਼ਰੂਰਤ ਨਹੀਂ ਰਹੇਗੀ, ਤੁਸੀਂ ਇਹ ਹੀ 2 ਗੋਲੀਆਂ 3 ਟਾਈਮ ਖਾਣਾ
और ਇਹਦੇ ਚ ਵਿਟਾਮਿਨ ਵੀ ਹੁੰਦੇ ਆ, ਸ਼ੂਗਰ ਵੀ ਕੰਟਰੋਲ ਰੱਖਦੀ ਹੈ, ਹੋਰ ਤੁਹਾਨੂੰ ਐਨਰਜੀ ਵੀ ਦੇਗੀ, ਬਹੁਤ ਵਧੀਆ ਚੀਜ਼ ਹੈ। ਤੁਹਾਡੇ ਨਾਲ ਡਾਇਰੈਕਟ ਗੱਲ, ਤੁਹਾਡੇ ਜਿਹੜੇ ਫੋਨ ਆ ਰਹੇ ਨੇ ਨਾ ਤੇ, ਹਾਂ ਇਹ ਤੇ ਲਾਈਵ ਸ਼ੋਅ ਹੈ ਨਾ, ਦੂਜਾ ਜਿਹੜਾ ਆਫਿਸ ਦਾ ਨੰਬਰ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਸਾਡਾ, ਹਾਂਜੀ ਹਾਂਜੀ ਸਕਰੀਨ ਤੇ ਦੇਖ ਰਹੇ ਹਾਂ ਜੀ, 718-396-3600। ਠੀਕ ਹੈ ਜੀ, ਠੀਕ ਹੈ, ਇਹ ਨੰਬਰ ਤੋਂ ਬਾਅਦ ਕਰ ਸਕਦਾ ਤੁਹਾਡੇ ਨਾਲ ਗੱਲ? ਹਾਂ ਜੀ ਬਿਲਕੁਲ, ਅਗਰ ਤੁਸੀਂ ਗੱਲ ਕਰਨੀ ਤੁਸੀਂ ਨੰਬਰ ਕਾਲ ਕਰਕੇ ਨੰਬਰ ਛੱਡ ਦੇਣਾ ਆਪਣਾ, ਤੇ ਫਿਰ ਤੁਹਾਨੂੰ ਮੈਂ ਕਾਲ ਬੈਕ ਕਰ ਲਾਂਗਾ। ਠੀਕ ਹੈ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਫਾਰ ਕਾਲਿੰਗ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਜੀਤ ਬੋਲ ਰਿਹਾ ਢਿੱਲੋਂ ਮਲਵਾਕੀ ਤੋਂ, ਵਿਸਕਾਂਸਨ ਤੋਂ। ਜੀ ਜੀ ਸਰ, ਸਵਾਲ ਪੁੱਛੋ। ਮੇਰਾ ਡਾਕਟਰ ਸਾਹਿਬ ਨੂੰ ਸਵਾਲ ਹੈ ਕਿ ਮੇਰੇ ਸਟ੍ਰੈਸ ਨਾਲ ਥੋੜੇ ਜਿਹੇ ਨਾਲ ਨਰਵ ਲੈਫਟ ਸਾਈਡ ਤੋਂ ਮੇਰੀ ਖੱਬੀ ਬਾਂਹ ਔਰ ਲੱਤ ਦੇ ਵਿੱਚ ਅਸਰ ਬਹੁਤ ਹੋ ਜਾਂਦਾ, ਨਮ ਹੋ ਜਾਂਦੇ ਆ। ਓਕੇ, ਕੋਈ ਨਰਵ ਸਿਸਟਮ ਜੀ, ਤੇ ਮੇਰਾ ਇਹਨਾਂ ਨੇ ਡਾਇਗਨੋਸ ਡਾਕਟਰ ਨੇ ਕੀਤਾ ਸੀ ਜੀ, ਸਮਾਲ ਫਾਈਬਰ ਨਰੋਪਥੀ ਪ੍ਰੋਬਲਮ। ਓਕੇ, ਠੀਕ ਹੈ, ਉਹਦੇ ਵਾਸਤੇ ਮੈਨੂੰ ਇਹ ਦੇ ਰਹੇ ਨੇ ਗੈਬਾਪੈਂਟਨ ਜੀ, ਤੇ ਆਈ ਡੋਨਟ ਵਾਂਟ ਟੇਕ ਦੈਟ ਐਨੀਮੋਰ। ਓਕੇ, ਠੀਕ ਹੈ, ਤੁਹਾਨੂੰ ਖੁਦਾ ਨਾ ਖਾਸਤਾ ਕੋਈ ਸ਼ੂਗਰ ਵਗੈਰਾ ਤੇ ਨਹੀਂ ਜਾਂ ਕੁਝ ਹੋਰ ਪ੍ਰੋਬਲਮ? ਨਹੀਂ ਜੀ, ਕੋਈ ਬਲੱਡ ਪ੍ਰੈਸ਼ਰ ਨਹੀਂ, ਸ਼ੂਗਰ ਨਹੀਂ, ਕੁਛ ਨਹੀਂ ਹੈਗਾ ਜੀ। ਓਕੇ, ਔਰ ਤੁਹਾਡੀ ਏਜ ਕਿੰਨੀ ਹੈ? ਮੇਰੀ ਏਜ ਹੈਗੀ ਆ 56। ਓਕੇ ਜੀ, ਯੰਗ ਹੀ ਹੋ ਤੁਸੀਂ ਤੇ ਕੀ। ਹਾਂ ਤੇ ਇਹਦਾ ਹੋਮਿਓਪੈਥਿਕ ਦਾ ਇਲਾਜ ਹੋ ਸਕਦਾ, ਜਿਹੜਾ ਨਿਊਰੋਪੈਥੀ ਹੈ ਉਹਦਾ ਕੁਝ ਦਵਾਈਆਂ ਨੇ ਹੋਮਿਓਪੈਥਿਕ ਦੀਆਂ, ਬੈਸਟ ਹੈ ਕਿ ਤੁਸੀਂ ਮੈਨੂੰ ਆਫਿਸ ਕਾਲ ਕਰ ਲੈਣਾ ਤੇ ਤੁਹਾਨੂੰ ਫਿਰ ਰੈਕਮੈਂਡ ਕਰ ਦਾਂਗੇ। ਠੀਕ ਹੈ, ਅੱਛਾ ਜੀ, ਹਾਂਜੀ, ਓਕੇ, ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਫਾਰ ਕਾਲਿੰਗ। ਨਾਲ ਦੇ ਨਾਲ ਮੈਂ ਐਡ ਕਰਨਾ ਚਾਹਾਂਗੀ ਕਿ ਜਦ ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰਦੇ ਹੋ, ਦ ਇਨੀਸ਼ੀਅਲ ਪਰਸਨਲ ਕੰਸਲਟੇਸ਼ਨ ਇਜ਼ ਕੰਪਲੀਟਲੀ ਫ੍ਰੀ, ਤੇ ਤੁਸੀਂ ਜ਼ਰੂਰ ਉਹਨਾਂ ਨੂੰ ਕਾਲ ਕਰਕੇ ਐਟਲੀਸਟ ਜੋ ਵੀ ਪ੍ਰੋਬਲਮ ਹੈ ਡਿਸਕਸ ਜ਼ਰੂਰ ਕਰੋ, ਤੇ ਉਸ ਤੋਂ ਬਾਅਦ ਜੋ ਵੀ ਤੁਸੀਂ ਪਰਸਨਲ ਡਿਸਕਸ਼ਨ ਕਰਦੇ ਹੋ ਹਮੇਸ਼ਾ ਪ੍ਰਾਈਵੇਟ ਰਹਿੰਦੀ ਹੈ। ਆਫਕੋਰਸ ਡਾਕਟਰ ਪੇਸ਼ੈਂਟ ਜਿਹੜਾ ਨੋਰਮਸ ਨੇ ਉਹ ਜ਼ਰੂਰ ਫੋਲੋ ਹੋਣਗੇ, ਐਂਡ ਤੁਸੀਂ ਉਹਨਾਂ ਨਾਲ ਗੱਲ ਕਰਕੇ ਆਫਿਸ ਨੰਬਰਸ ਤੇ ਕਾਲ ਕਰਕੇ, ਜੇ ਬਾਈ ਚਾਂਸ ਡਾਕਟਰ ਸਾਹਿਬ ਅਵੇਲੇਬਲ ਨਹੀਂ ਹੁੰਦੇ, ਤੁਸੀਂ ਵੋਇਸ ਮੇਲ ਛੱਡ ਸਕਦੇ ਹੋ, ਆਪਣਾ ਕਾਲ ਬੈਕ ਨੰਬਰ ਜ਼ਰੂਰ ਨਾਲ ਛੱਡੋ, ਸੋ ਦੈਟ ਕਿ ਉਹ ਤੁਹਾਨੂੰ ਕਾਲ ਬੈਕ ਕਰਕੇ ਬਾਕੀ ਡਿਸਕਸ਼ਨ ਕਰ ਸਕਣ। ਅਸੀਂ ਵਿਲ ਟੇਕ ਅ ਨੈਕਸਟ ਕਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ, ਕੈਲੀਫੋਰਨੀਆ ਤੋਂ ਬੋਲ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਲ ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ, ਦੱਸੋ ਕੀ ਕੁਐਸਚਨ ਹੈ? ਹਾਂਜੀ ਸਰ, ਡਾਕਟਰ ਸਾਹਿਬ ਇਸ ਤਰ੍ਹਾਂ ਪੁੱਛਣਾ ਸੀਗਾ, ਮੇਰੇ ਕੋਲ ਨਾ ਲੱਤਾਂ ਦੇ ਵਿੱਚ ਸਵੈਲਿੰਗ ਬਹੁਤ, ਮਤਲਬ ਕਿ ਜੇ ਮੈਂ ਥੋੜੀ ਦੇਰ 2-4 ਘੰਟੇ ਖੜ ਜਾਂਦੀ ਹਾਂ ਜੀ, ਖੜ ਕੇ ਕੰਮ ਕਰਦੇ ਆ, ਤੇ ਲੱਤਾਂ 'ਚ ਸਵੈਲਿੰਗ ਬਹੁਤ ਆ ਜਾਂਦੀ ਹੈ ਪੈਰਾਂ 'ਚ। ਅੱਛਾ, ਤੇ ਤੁਸੀਂ ਚੈੱਕਅਪ ਕਰਾਇਆ, ਕੋਈ ਬਲੱਡ ਰਿਪੋਰਟ ਵਗੈਰਾ ਕਰਾਈ ਜਾਂ ਡਾਕਟਰ ਨੂੰ ਦਿਖਾਇਆ? ਨਹੀਂ ਸਰ, ਨਹੀਂ ਕਿਸੇ ਨੂੰ ਨਹੀਂ ਦਿਖਾਇਆ ਜੀ। ਤੇ ਤੁਹਾਡੀ ਏਜ ਕਿੰਨੀ ਹੈ? ਏਜ ਮੇਰੀ 45। ਅੱਛਾ, ਤੇ ਵਜ਼ਨ ਤੇ ਨਹੀਂ ਜ਼ਿਆਦਾ ਤੁਹਾਡਾ? ਵੇਟ ਕਿਡਨੀ ਫੰਕਸ਼ਨ ਸਹੀ ਨੀ, ਯੂਰਿਨ ਵਗੈਰਾ ਚ ਕੋਈ ਪ੍ਰੋਬਲਮ ਤੇ ਨਹੀਂ ਹੈ? ਪਿਸ਼ਾਬ ਵਗੈਰਾ ਠੀਕ ਆਂਦਾ? ਹਾਂਜੀ, ਉਹ ਡਾਕਟਰ ਸਾਹਿਬ ਬਿਲਕੁਲ ਸਹੀ ਆਂਦਾ। ਓਕੇ, ਤੇ ਤੁਸੀਂ ਕੋਈ ਕੁਛ ਦਵਾਈ ਵਗੈਰਾ ਇਸ ਵੇਲੇ ਖਾ ਰਹੇ ਹੋ ਕਿਸੇ ਕਿਸਮ ਦੀ? ਕੋਈ ਨੀ ਡਾਕਟਰ ਸਾਹਿਬ, ਕੋਈ ਨੀ, ਦਵਾਈ ਨੀ ਖਾ ਰਹੀ ਕੋਈ ਵੀ। ਓਕੇ, ਅੱਛਾ, ਤੁਸੀਂ ਇੱਕ ਤੇ ਹੋਮਿਓਪੈਥਿਕ ਦੀ ਹਰਬਲ ਦੀ ਦਵਾਈ ਤੁਸੀਂ ਸ਼ੁਰੂ ਕਰੋ, ਜਿਹਦੇ 'ਚ ਕੋਈ ਆਇਲ ਵਗੈਰਾ ਵੀ ਦਾਂਗੇ ਤੁਹਾਨੂੰ, ਮਾਲਿਸ਼ ਕਰਨ ਵਾਸਤੇ, ਕੁਝ ਖਾਣ ਵਾਸਤੇ ਦਾਂਗੇ, ਜਿਹੜਾ ਤੁਹਾਡੀ ਬਲੱਡ ਸਰਕੂਲੇਸ਼ਨ ਨੂੰ ਅੱਛਾ ਕਰੇ, ਤੁਹਾਡੇ ਮਸਲਸ ਨੂੰ ਸਟਰੋਂਗ ਕਰੇ। ਔਰ ਜਿਹੜਾ ਘਰ ਤੁਸੀਂ ਕਰ ਸਕਦੇ ਹੋ, ਜਦੋਂ ਬੈਠਿਆ ਕਰੋ ਤੁਸੀਂ ਪੈਰ ਲਟਕਾ ਕੇ ਨਾ ਬੈਠਿਆ ਕਰੋ, ਠੀਕ ਹੈ? ਔਰ ਬਹੁਤ ਜ਼ਿਆਦਾ ਲੌਂਗ ਟਾਈਮ ਖਲੋਤੇ ਵੀ ਨਾ ਰਿਹਾ ਕਰੋ, ਉਹਦੇ ਨਾਲ ਵੀ ਤੁਹਾਨੂੰ ਬਹੁਤ ਹੈਲਪ ਮਿਲੇਗੀ। ਅਤੇ ਘਰ ਜਿਹੜਾ ਤੁਸੀਂ ਜਦੋਂ ਸ਼ਾਵਰ ਲੈਂਦੇ ਹੋ, ਉਹਦੇ ਟੱਬ 'ਚ ਗਰਮ ਪਾਣੀ ਕਰਕੇ ਜ਼ਰਾ ਬੈਠਿਆ ਕਰੋ ਉਹਦੇ 'ਚ 10 ਮਿੰਟ, ਔਰ ਜਦੋਂ ਸੌਣ ਲੱਗੋ ਤੇ ਸਿਰਹਾਣਾ ਜਿਹੜਾ ਤੁਸੀਂ ਆਪਣੇ ਲੱਤਾਂ ਦੇ ਥੱਲੇ ਰੱਖਿਆ ਕਰੋ ਪੈਰਾਂ 'ਚ ਨਾ, ਤਾਂ ਕਿ ਤੁਹਾਡੇ ਪੈਰ ਥੋੜੇ ਉੱਚੇ ਰਹਿਣ ਤੇ ਤੁਹਾਡੀ ਜਿਹੜੀ ਬਲੱਡ ਫਲੋ ਹੈ ਜਿਹੜਾ ਉਹ ਬੈਕਵਰਡ ਹੋਏ, ਠੀਕ ਹੈ? ਹਾਂਜੀ, ਤੇ ਤੁਸੀਂ ਫਿਰ ਆਫਿਸ ਕਾਲ ਕਰ ਲੈਣਾ, ਤੇ ਦੂਸਰਾ ਵੇਟ ਵੀ ਘਟਾਓ, ਤੇ ਉਹਦੇ ਨਾਲ ਵੀ ਬਹੁਤ ਫਾਇਦਾ ਹੋਏਗਾ। ਹਾਂਜੀ, ਠੀਕ ਹੈ, ਥੈਂਕ ਯੂ, ਥੈਂਕ ਯੂ ਸੋ ਮਚ ਫਾਰ ਕਾਲਿੰਗ। ਤੁਸੀਂ ਜ਼ਰੂਰ ਇਹਨਾਂ ਹਦਾਇਤਾਂ ਤੇ ਨਜ਼ਰ ਮਾਰਿਓ, ਤੇ ਡਾਕਟਰ ਸਾਹਿਬ ਨੂੰ ਆਫਿਸ 'ਚ ਕਾਲ ਕਰਕੇ ਬਾਕੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ, ਕਿਹੜੀਆਂ ਦਵਾਈਆਂ ਤੁਹਾਨੂੰ ਲੈਣੀਆਂ ਚਾਹੀਦੀਆਂ ਨੇ, ਕਿਹੜੇ ਫਾਰਮੂਲਾਸ ਤੁਸੀਂ ਯੂਜ਼ ਕਰ ਸਕਦੇ ਹੋ। ਮਗਰ ਫਿਲਹਾਲ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਕਾਲਸ ਲੈ ਸਕੀਏ, ਮਗਰ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਡੇ ਵਿਊਅਰਸ ਨੂੰ ਕੋਈ ਇੱਕ ਲਾਸਟ ਟਿਪ ਤੁਸੀਂ ਅੱਜ ਦੀ ਦੇਣਾ ਚਾਹੋਗੇ? ਟਿਪ ਇਹ ਹੀ ਹੈ ਕਿ ਜਿਹੜੇ ਅਗਰ ਹੋਮਿਓਪੈਥਿਕ ਜਾਂ ਹਰਬਲ ਦਵਾਈ ਸ਼ੁਰੂ ਕਰਦੇ ਨੇ, ਉਹਨਾਂ ਨੂੰ ਚਾਹੀਦਾ ਕਿ ਕੰਟੀਨਿਊਸ਼ਨ ਨਾਲ ਦਵਾਈ ਖਾਣੀ ਚਾਹੀਦੀ ਹੈ, ਔਰ ਪਰਹੇਜ਼ ਬਹੁਤ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਵੀ ਮਤਲਬ ਆਪਣੀ ਲਾਈਫ ਨੂੰ ਇਹਨੇ ਕਿ ਦਵਾਈਆਂ 'ਤੇ ਹੀ ਡਿਪੈਂਡ ਕਰੋ, ਚਾਹੇ ਉਹ ਹੋਮਿਓਪੈਥਿਕ ਹੋਣ ਜਾਂ ਹਰਬਲ ਹੋਣ, ਅਗਰ ਥੋੜ੍ਹੀ ਜਿਹੀ ਆਪਣੇ ਲਾਈਫ ਸਟਾਈਲ ਚੇਂਜ ਕਰ ਦਿਓ, ਖਾਣੇ ਪੀਣੇ 'ਚ ਤੁਸੀਂ ਆਪਣੀ ਆਦਤਾਂ ਨੂੰ ਚੇਂਜ ਕਰੋ, ਤਾਂ ਤੁਸੀਂ ਪਰਮਾਨੈਂਟ ਠੀਕ ਹੋ ਸਕਦੇ ਹੋ ਜੀ। ਤੇ ਬਿਲਕੁਲ ਬਹੁਤ ਵਧੀਆ ਗੱਲ ਡਾਕਟਰ ਸਾਹਿਬ ਨੇ ਕੀਤੀ ਹੈ ਕਿ ਹੈਲਥ
अपनी जिहड़ी लाइफ स्टाइल है उहदे विच चेंज करके तुसीं थोड़ा जिहा चेंज करके भी तुसीं महसूस कर सकते हो कि तुहाडी लाइफ बिल्कुल ही डिफरेंट हो जाती है। एंड जरूर तुसीं बाकी इनफॉर्मेशन लई डॉक्टर साहब नूं उहनां दे ऑफिस नंबर ते कॉल कर सकते हो। फिलहाल लैनी पैनी है तुहाडे तों इजाजत। थैंक यू सो मच सर, थैंक्स अ लॉट फॉर कमिंग टू